ਪੰਜਾਬ ਦੇ ਲੋਕਾਂ ਨੂੰ ਸਿਹਤ ਦੀ ਲੋੜ ਆ, ਸਿਹਤ ਸਿੱਖਿਆ ਤੇ ਸੁਰੱਖਿਆ ਤਿੰਨ ਚੀਜ਼ਾਂ ਦੀ ਲੋੜ ਆ। ਬਿਜਲੀ ਅੰਦੋਲਨ ਅਸੀਂ ਸ਼ੁਰੂ ਕੀਤਾ, ਸਰਕਾਰ ਦੀ ਇੰਨੀ ਵੱਡੀ ਅਚੀਵਮੈਂਟ ਆ ਕਿ ਉਹ ਕਹਿੰਦੇ ਅਸੀਂ ਘਟਾਵਾਂਗੇ ਰੇਟ, ਘਟਾਤੇ ਆ ਉਹਨਾਂ ਨੇ। ਲਗਾਤਾਰ ਸਫ਼ਰ ਕਰਨ, ਇੱਕ ਦਿਨ ਦੀ ਯਾਤਰਾ ਨਾ ਕਰਨ, ਲਗਾਤਾਰ ਸਫ਼ਰ ਕਰਨ, ਪਤਾ ਲੱਗ ਜਾਏਗਾ, ਕੋਈ ਖਾਸ ਵੱਡੀ ਗੱਲ ਨਹੀਂ। ਕਾਸ਼ ਕੈਪਟਨ ਸਾਹਿਬ ਸਾਢੇ 4 ਸਾਲ ਸੁੱਤੇ ਨਾ ਰਹਿੰਦੇ, ਜਦ ਸਾਲ ਪਹਿਲਾਂ 600 ਤੋਂ ਉੱਪਰ ਲੋਕ ਸਾਡੇ ਜਿਹੜੇ ਮਰ ਚੁੱਕੇ ਆ, ਉਹਨਾਂ ਦੇ ਘਰਾਂ 'ਚ ਜਾ ਕੇ ਹਮਦਰਦੀ ਪ੍ਰਗਟ ਕਰਕੇ ਉਦੋਂ ਅਸਤੀਫਾ ਦੇ ਦਿੰਦੇ ਤੇ ਉਦੋਂ ਕੋਈ ਹੱਲ ਕਢਾਉਣ ਦੀ ਕੋਸ਼ਿਸ਼ ਕਰਦੇ ਤਾਂ ਅਸੀਂ ਮੰਨ ਵੀ ਲੈਂਦੇ, ਹੁਣ ਤਾਂ ਆਪਦੀ ਕੁਰਸੀ ਬਚਾਉਣ ਲਈ ਜੋ ਮਰਜ਼ੀ ਕਰਨਾ ਕਰ। ਕੇਜਰੀਵਾਲ ਵੱਲੋਂ ਅੱਜ ਲੁਧਿਆਣਾ ਦੇ ਵਿੱਚ ਪ੍ਰੈਸ ਕਾਨਫਰੰਸ ਕੀਤੀ ਗਈ ਆ, ਦੂਸਰੀ ਗਰੰਟੀ ਅੱਜ ਲਾਂਚ ਕੀਤੀ ਗਈ ਆ। ਬੀਬੀ ਸਰਬਜੀਤ ਕੌਰ ਮਾਨਕੇ ਮੇਰੇ ਨਾਲ ਮੌਜੂਦ ਨੇ, ਗੱਲਬਾਤ ਕਰ ਲੈਂਦੇ ਹਾਂ। ਮੈਡਮ, ਕਿਸ ਤਰ੍ਹਾਂ ਦੇਖਦੇ ਹੋ ਅੱਜ ਕੇਜਰੀਵਾਲ ਪੰਜਾਬ 'ਚ ਆਏ ਨੇ, ਦੂਸਰੀ ਗਰੰਟੀ ਲਾਂਚ ਕਰਕੇ ਗਏ ਨੇ, ਕਿਸ ਤਰ੍ਹਾਂ ਦੇਖਦੇ ਹੋ? ਪੰਜਾਬ ਦੇ ਲੋਕਾਂ ਨੂੰ ਸਿਹਤ ਦੀ ਲੋੜ ਆ, ਸਿਹਤ ਸਿੱਖਿਆ ਤੇ ਸੁਰੱਖਿਆ ਤਿੰਨ ਚੀਜ਼ਾਂ ਦੀ ਲੋੜ ਆ। ਬਿਹਤਰ ਸਿਹਤ ਸਹੂਲਤਾਂ ਮਿਲਣਗੀਆਂ ਤਾਂ ਉਹਨਾਂ ਦਾ ਬੜੇ ਸਾਰੇ ਖਰਚੇ ਘੱਟ ਜਾਂਦੇ ਆ। 70% ਲੋਕ ਕਿਸੇ ਵੱਡੀ ਬਿਮਾਰੀ ਕਰਕੇ ਕਰਜ਼ੇ ਦੀ ਚਪੇਟ 'ਚ ਆ ਜਾਂਦੇ। ਅੱਜ ਮੈਨੂੰ ਲੱਗਦਾ ਜਿੱਥੇ ਜੇ ਨਵੇਂ ਹਸਪਤਾਲ ਖੁੱਲ੍ਹਣਗੇ ਤਾਂ ਸਾਡੇ ਲੋਕਾਂ ਨੂੰ ਰੁਜ਼ਗਾਰ ਮਿਲੇਗਾ, ਇਹਦੀ ਜ਼ਰੂਰਤ ਆ। ਸਾਡੇ ਪੈਰਾਮੈਡੀਕਲ ਸਟਾਫ, ਨਰਸਿਸ, ਡਾਕਟਰਸ ਨੂੰ ਭਰਤੀ ਕਰਨਗੇ, ਉਹਨਾਂ ਨੂੰ ਅੱਛੀਆਂ ਸਿਹਤ ਸਹੂਲਤਾਂ ਮਿਲਣਗੀਆਂ। ਨਾਲ ਨਾਲ ਪੰਜਾਬ ਦੇ ਵਿੱਚ ਇਹ ਲੋੜ ਸੀ, ਇਸ ਕਰਕੇ ਮੈਨੂੰ ਤਾਂ ਲੱਗਦਾ ਬਹੁਤ ਵਧੀਆ ਹੋਇਆ। ਕੈਪਟਨ ਸਾਹਿਬ ਜਦੋਂ ਸਰਕਾਰ ਦੇ ਵਿੱਚ ਸੀਗੇ ਉਦੋਂ ਕਹਿੰਦੇ ਸੀ ਪੰਜਾਬ ਤਰੱਕੀ ਦੀ ਰਾਹ ਦੇ ਉੱਤੇ ਆ, 85% ਵਾਅਦੇ ਪੂਰੇ ਕੀਤੇ ਨੇ, ਵਧੀਆ ਹਸਪਤਾਲ ਅਸੀਂ ਬਣਾਏ ਹੋਏ ਨੇ। ਸੋ ਉਸ ਤੋਂ ਬਾਅਦ ਹੁਣ ਕੇਜਰੀਵਾਲ ਪੰਜਾਬ 'ਚ ਆਉਂਦੇ ਨੇ, ਕਹਿੰਦੇ ਕਿ ਹੋਰ ਇਸ ਤੋਂ ਵਧੀਆ ਹਸਪਤਾਲ ਬਣਾਵਾਂਗੇ, ਸਟਾਫ ਦੀ ਭਰਤੀ ਕੀਤੀ ਜਾਵੇਗੀ, ਮੁਹੱਲਾ ਕਲੀਨਿਕ ਸ਼ੁਰੂ ਕੀਤੇ ਜਾਣਗੇ। ਦੇਖੋ ਜੀ, ਕਿੰਨੇ ਲੰਬੇ ਸਮੇਂ ਤੋਂ ਮੇਰੀਆਂ ਭੈਣਾਂ ਨਰਸਾਂ ਭੈਣਾਂ ਹੜਤਾਲਾਂ 'ਤੇ ਬੈਠੀਆਂ ਵੀ ਸਾਨੂੰ ਪੱਕੇ ਕਰ ਲਓ, ਸਾਨੂੰ ਤਨਖਾਹ ਦੇ ਦਿਓ। ਡਾਕਟਰ ਸਾਡੇ ਕੋਲ ਪੂਰੇ ਹਸਪਤਾਲਾਂ 4 ਦੀ ਥਾਂ 'ਤੇ 1 ਹੁੰਦਾ, ਉਹ ਕਹਿੰਦਾ ਤਰੱਕੀ ਦੀ ਰਾਹ 'ਤੇ ਆ ਕੈਪਟਨ ਸਾਹਿਬ, ਅਤੇ ਉਹਨਾਂ ਦੇ ਆਪਦੇ MLA ਮੰਤਰੀ ਕਹਿੰਦੇ ਰਹੇ ਵੀ ਛੇਤੀ ਅਸਤੀਫਾ ਦਿਓ, ਤੁਸੀਂ ਕੀਤਾ ਹੀ ਕੁਛ ਨਹੀਂ। ਇਹਦਾ ਮਤਲਬ ਉਹਨਾਂ ਦੇ ਕਹਿਣੀ ਅਤੇ ਕਰਨੀ 'ਚ ਫਰਕ ਹੈ। ਕੈਪਟਨ ਸਾਹਿਬ ਨੇ ਅਸਤੀਫਾ ਦਿੱਤਾ, ਉਸ ਤੋਂ ਬਾਅਦ ਸਰਕਾਰ ਚੇਂਜ ਹੋਈ, ਨਵਜੋਤ ਸਿੰਘ ਸਿੱਧੂ ਫਿਰ ਨਾਰਾਜ਼ ਨੇ, ਕਹਿੰਦੇ ਕਿ ਮੰਤਰੀ ਜਿਹੜੇ ਨੇ ਫਿਰ ਇੱਕ ਵਾਰ ਕਰਪਟ ਵਿੱਚ ਵਾੜ ਲੈਣੇ, ਅਧਿਕਾਰੀ ਫਿਰ ਕਰਪਟ ਲਾ ਦਿੱਤੇ ਨੇ, ਨਵਜੋਤ ਸਿੰਘ ਸਿੱਧੂ ਅਸਤੀਫਾ ਦੇ ਕੇ ਘਰੇ ਬੈਠੇ ਨੇ। ਦੇਖੋ ਜੀ, ਨਵਜੋਤ ਸਿੰਘ ਸਿੱਧੂ ਜਾਣੇ ਜਾਂ ਕਾਂਗਰਸ ਸਰਕਾਰ ਜਾਣੇ, ਸਾਡਾ ਕੰਮ ਤਾਂ ਕਿਸੇ ਦੀ ਆਲੋਚਨਾ ਕਰਨਾ ਨਹੀਂ, ਸਾਡਾ ਕੰਮ ਤਾਂ ਆਪਦੇ ਕੰਮ ਕਰਨਾ। ਸਾਡੀ ਆਵਾਜ਼ ਦੇ ਨਾਲ ਜੇ ਸਰਕਾਰਾਂ ਚੁੱਕੇ, ਜਿਵੇਂ ਬਿਜਲੀ ਅੰਦੋਲਨ ਦਾ ਕੰਮ ਕਰ ਰਹੀਆਂ, ਉਹ ਕਰਨ ਲੱਗ ਜਾਣ। ਬਿਜਲੀ ਅੰਦੋਲਨ ਅਸੀਂ ਸ਼ੁਰੂ ਕੀਤਾ, ਸਰਕਾਰ ਦੀ ਇੰਨੀ ਵੱਡੀ ਅਚੀਵਮੈਂਟ ਆ ਕਿ ਉਹ ਕਹਿੰਦੇ ਅਸੀਂ ਘਟਾਵਾਂਗੇ ਰੇਟ, ਘਟਾਤੇ ਆ ਉਹਨਾਂ ਨੇ, ਮਾਫ਼ ਕਰਤੇ ਆ, ਗਰੀਬਾਂ ਦੇ ਘਰਾਂ 'ਚ ਹੱਕ ਪਹੁੰਚੇ, ਸਾਡਾ ਕੰਮ ਇਹ ਆ। ਬਾਕੀ ਉਹਨਾਂ ਨੇ ਕਾਟੋ ਕਲੇਸ਼ ਨੇ ਪਿਛਲੇ 4.5 ਸਾਲ ਹੋਰ ਨਿਕਾਲੇ, 3 ਮਹੀਨੇ ਹੋਰ ਨਿਕਾਲ ਲੈਣਗੇ, ਸਾਡਾ ਕੰਮ ਇਹ ਦੇਖਣਾ। ਚਰਨਜੀਤ ਸਿੰਘ ਚੰਨੀ CM ਬਣੇ ਨੇ, ਉਹਨਾਂ ਨੇ ਸੌਂਹ ਚੱਕੀ ਸੀ, ਉਸ ਤੋਂ ਕਹਿੰਦੇ ਸੀਗੇ ਪ੍ਰੈਸ ਕਾਨ ਕੀਤੀ ਕਿ ਆਮ ਵਿਅਕਤੀ ਹੁਣ ਕੁਰਸੀ 'ਤੇ ਬੈਠ ਗਿਆ ਵਾ, ਆਮ ਜਨਤਾ ਦੀ ਸਰਕਾਰ ਆ ਗਈ ਆ, ਹੁਣ ਉਹ ਲੋਕਾਂ ਨੂੰ ਮਿਲ ਰਹੇ ਨੇ, ਅੱਜ ਉਹਨਾਂ ਦੇ ਅਧਿਕਾਰੀ ਜਿਹੜੇ ਨੇ ਬੱਸਾਂ ਦੇ ਵਿੱਚ ਸਫ਼ਰ ਕਰ ਰਹੇ ਨੇ, ਕਿਸ ਤਰ੍ਹਾਂ ਦੇਖਦੇ ਉਹਨਾਂ ਨੂੰ? ਚੰਗੀ ਗੱਲ ਆ, ਪਤਾ ਲੱਗ ਜਾਏਗਾ। ਜਿਹੜੀਆਂ ਬੱਸਾਂ ਨੂੰ ਅਸੀਂ ਟਰਾਂਸਪੋਰਟ PRTC 20% ਹੀ ਛੱਡਤੀ ਹੈ, ਉਹ 'ਚ ਕਿੰਨੀ ਕੁ ਲੋਕਾਂ ਨੂੰ ਦੁੱਖ ਮਿਲਦਾ। ਲਗਾਤਾਰ ਸਫ਼ਰ ਕਰਨ, ਇੱਕ ਦਿਨ ਦੀ ਯਾਤਰਾ ਨਾ ਕਰਨ, ਲਗਾਤਾਰ ਸਫ਼ਰ ਕਰਨ, ਪਤਾ ਲੱਗ ਜਾਏਗਾ, ਕੋਈ ਖਾਸ ਵੱਡੀ ਗੱਲ ਨਹੀਂ। ਆਪਦੇ ਲੋਕਾਂ ਨੂੰ ਦੁੱਖ ਤਕਲੀਫਾਂ ਦੇਣਗੀਆਂ ਤਾਂ ਆਪ ਦੇਖਣਾ ਹੀ ਪੈਣਾ। ਆਪ ਵੱਲੋਂ 2022 ਨੂੰ ਕਿਸ ਤਰ੍ਹਾਂ ਲੈ ਕੇ ਤਿਆਰੀ ਕੀਤੀ ਗਈ ਆ, ਲਗਾਤਾਰ ਗਰੰਟੀਆਂ ਜਿਹੜੀਆਂ ਦਿੱਤੀਆਂ ਜਾ ਰਹੀਆਂ, ਲਾਂਚ ਕੀਤੀਆਂ ਜਾ ਰਹੀਆਂ ਨੇ, ਕਿਸ ਤਰ੍ਹਾਂ ਤਿਆਰੀ ਕੀਤੀ ਹੈ? ਆਮ ਆਦਮੀ ਪਾਰਟੀ 2022 'ਚ ਸਰਕਾਰ ਬਣੇਗੀ, ਸਾਡੀ ਰਣਨੀਤੀ ਤਿਆਰ ਆ, ਸਾਡਾ ਸਟਰਕਚਰ ਥੱਲੇ ਤੱਕ ਜਾ ਚੁੱਕਿਆ, ਬਹੁਤ ਜਲਦੀ ਤੁਹਾਨੂੰ ਦੱਸਾਂਗੇ। ਇੱਕ ਸਵਾਲ ਆ ਕਿ ਕਰੋੜਾਂ ਦਾ ਕਰਜ਼ਾ ਪੰਜਾਬ ਦੇ ਵਿੱਚ, ਫਿਰ ਇਸ ਤਰ੍ਹਾਂ ਦੀ ਸਹੂਲਤਾਂ ਕੇਜਰੀਵਾਲ ਨਾਗਰਿਕ ਕਿ ਇਹ ਵਾਅਦੇ ਪੂਰੇ ਕੀਤੇ ਜਾਣਗੇ, ਲੱਗਦਾ ਕਿ ਇਹ ਵਾਅਦੇ ਪੂਰੇ ਹੋਣਗੇ, ਕਰੋੜਾਂ ਰੁਪਏ ਦਾ ਕਰਜ਼ਾ ਜਿਹੜਾ ਪੰਜਾਬ ਸਰਕਾਰ ਦੇ ਸਿਰ ਤੇ ਖੜਾ ਹੋ? ਜਦੋਂ ਤੱਕ ਸਰਕਾਰ ਇਮਾਨਦਾਰ ਨਹੀਂ ਹੁੰਦੀ, ਮੁੱਖ ਮੰਤਰੀ ਇਮਾਨਦਾਰ ਨਹੀਂ ਹੁੰਦੇ, ਕਰਜ਼ੇ ਵਧਣਗੇ, ਜਦੋਂ ਇਮਾਨਦਾਰ ਹੋਣੇ ਸ਼ੁਰੂ ਹੋ ਗਏ ਤਾਂ ਬਜਟ ਵਧਣਾ ਸ਼ੁਰੂ ਹੋਏਗਾ ਲੋਕਾਂ ਦਾ। ਜੀ, ਕੈਪਟਨ ਅਮਰਿੰਦਰ ਸਿੰਘ ਅਮਿਤ ਸ਼ਾਹ ਨੂੰ ਮਿਲ ਕੇ ਆਏ ਨੇ, ਉਸ ਕਿੱਸਾ ਦੇ ਦਿਓ, ਕਹਿੰਦੇ ਕਿ BJP ਸ਼ਾਮਲ ਹੋ ਸਕਦੇ ਨੇ, ਕਿਸਾਨੀ ਮੁੱਦੇ ਹੱਲ ਕਰਾ ਸਕਦੇ ਨੇ? ਕਾਸ਼ ਕੈਪਟਨ ਸਾਹਿਬ ਸਾਢੇ 4 ਸਾਲ ਸੁੱਤੇ ਨਾ ਰਹਿੰਦੇ, ਜਦ ਸਾਲ ਪਹਿਲਾਂ 600 ਤੋਂ ਉੱਪਰ ਲੋਕ ਸਾਡੇ ਜਿਹੜੇ ਮਰ ਚੁੱਕੇ ਆ, ਉਹਨਾਂ ਦੇ ਘਰਾਂ 'ਚ ਜਾ ਕੇ ਹਮਦਰਦੀ ਪ੍ਰਗਟ ਕਰਕੇ ਉਦੋਂ ਅਸਤੀਫਾ ਦੇ ਦਿੰਦੇ ਤੇ ਉਦੋਂ ਕੋਈ ਹੱਲ ਕਢਾਉਣ ਦੀ ਕੋਸ਼ਿਸ਼ ਕਰਦੇ ਤਾਂ ਅਸੀਂ ਮੰਨ ਵੀ ਲੈਂਦੇ, ਹੁਣ ਤਾਂ ਆਪਦੀ ਕੁਰਸੀ ਬਚਾਉਣ ਲਈ ਜੋ ਮਰਜ਼ੀ ਕਰਨਾ ਕਰ ਲੈ। ਸੋ ਇਹ ਸਰਬਜੀਤ ਕੌਰ ਮਾਨਕੇ ਨੇ ਕਹਿ ਰਹੇ ਨੇ ਕਿ 2022 ਦੇ ਵਿੱਚ ਬਦਲਾਵ ਜ਼ਰੂਰ ਨਜ਼ਰ ਆਉਣਗੇ, ਕਰਪਸ਼ਨ ਖਤਮ ਹੋਵੇਗੀ, ਸਰਕਾਰ ਨੇ ਜੋ ਵਾਅਦੇ ਕੀਤੇ ਨੇ, ਜੋ ਕੇਜਰੀਵਾਲ ਨੇ ਵਾਅਦੇ ਕੀਤੇ ਨੇ, ਉਹ ਵਾਅਦੇ ਜਿਹੜੇ ਪੰਜਾਬ ਦੇ ਵਿੱਚ ਪੂਰੇ ਕੀਤੇ ਜਾਣਗੇ। ਕੈਮਰਾਮੈਨ ਗੁਰਦੇਵ ਦੇ ਨਾਲ ਨਰਿੰਦਰ ਬਿਹੰਦੂ, ਜਗਬਾਣੀ TV, ਲੁਧਿਆਣਾ।